ਜੇ ਕਿਸੇ ਕਿਸਾਨ ਨੇ ਆਪਣੀ ਫਸਲ ਬਾਅਦ ਚ ਵੇਚਣੀ ਹੈ ਟਮਾਟਰ ਇੱਥੇ 5 ਰੁਪਏ ਕਿਲੋ ਦਿੰਦੇ ਹੋ ਜਿਦ ਦਿਨ ਉਥੇ ਦੇਣ ਜਾਂਦੇ ਹੋ ਟਰਾਲੀ ਭਰੀ ਦੇ ਵਿੱਚ ਕੀ ਕਹਿੰਦਾ ਆਰਤੀਆ ਵੀਰ ਕੀ ਕਹਿੰਦਾ 3 ਰੁਪਏ ਦਊ ਉਹਨੂੰ ਪਤਾ ਵੀ ਟਮਾਟਰ ਗਲ ਜਾਣਾ ਦੋ ਦਿਨਾਂ ਬਾਅਦ ਤਿੰਨ ਦਿਨਾਂ ਬਾਅਦ ਟਮਾਟਰ ਗਲ ਜਾਣਾ ਤੇ ਕਿਸਾਨ ਉਥੇ ਟਰਾਲੀ ਦੀ ਟਰਾਲੀ ਛੱਡਿਆ ਹੁੰਦਾ 4 ਰੁਪਏ ਕਿਲੋ ਉਸੇ ਦਿਨ ਸ਼ਾਮ ਨੂੰ ਪਰਚੂਨ ਤੇ 25 ਰੁਪਏ ਨੂੰ ਵਿਕਦਾ ਕਜੇ 6 ਮਹੀਨਿਆਂ ਬਾਅਦ ਕਿਸਾਨ ਨੇ ਕੋਲਡ ਸਟੋਰੇਜ ਆ ਦਾ ਟਮਾਟਰ ਲੈਣਾ ਹੋਵੇ ਤੇ 60 ਰੁਪਏ ਨੂੰ ਲੈਂਦਾ ਵਾਪਸ ਆਪਦਾ ਆਪਦਾ ਬੀਜਾ ਟਮਾਟਰ ਲੈਣਾ ਤਾਂ ਐਸੇ ਸਿਸਟਮ ਨੂੰ ਨਵਜੋਤ ਸਿੰਘ ਸਿੱਧੂ ਵਾਜਨ ਦਿੰਦਾ ਕਿਸਾਨ ਵੀਰਾਂ ਨੂੰ ਕਿ ਜਾਂ ਤੇ ਇਸ ਸਿਸਟਮ ਨੂੰ ਪੱਟ ਦੂੰ ਜਾਂ ਮੈਂ ਨਾ ਰਹੂੰਗਾ ਪੱਟ ਦੂੰ ਜਦੋਂ ਪੱਟੂੰ ਜਦੋਂ ਪੱਟੂੰ ਔਰ ਮੈਂ ਤੁਹਾਨੂੰ ਕਹਿੰਨਾ ਕਿ ਜਿਹੜੀ ਵੇਅਰ ਹਾਊਸਿੰਗ ਕਾਰਪੋਰੇਸ਼ਨ ਹੈ ਪੈਸੇ ਸਹੀ ਥਾਂ ਤੇ ਲੱਗਣੇ ਚਾਹੀਦੇ ਆ ਇਹ ਮਾਫੀ ਵਾਲੇ ਪੈਸੇ ਉਹਨਾਂ ਦੀ ਜੇਬ ਚੋਂ ਕੱਢ ਕੇ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਵਿੱਚ ਕਿਸਾਨ ਆਪਣੀ ਫਸਲ ਰੱਖੇ ਤੇ ਜਦੋਂ ਰੱਖੇ ਭਾਵੇਂ ਟਮਾਟਰ ਹੋਣ ਸਬਜ਼ੀ ਹੋਵੇ ਕੋਈ ਚੀਜ਼ ਹੋਵੇ ਕੋਲਸਟੇਰਾਂ ਚ ਰੱਖੇ ਕਣਖ ਹੋਵੇ ਝੋਨਾ ਹੋਵੇ ਤੇ ਉਸੇ ਦਿਨ ਪੰਜਾਬ ਸਰਕਾਰ ਉਹਦੀ 80% ਕੀਮਤ ਉਹਨੂੰ ਲੋਨ ਦੇ ਤੌਰ ਤੇ ਉਸੇ ਵਿੜੇ ਦੇ ਬੋਲੇ ਉਸੇ ਵੇਲੇ ਸੋਨਹਾਰ ਠੋਕ ਕੇ ਮਾਰੋ ਤਾੜੀ ਜੋ ਮੈਂ ਕਹ ਰਿਹਾ ਸੱਚ ਹੈ ਸਹੀ ਹੈ ਅਮਰੀਕਾ ਝੁੰਦਾ ਹਰਥਾਂ ਤੇ ਹੁੰਦਾ ਤੇ ਜੇ ਕੋਈ ਪ੍ਰੋਸੈਸਿੰਗ ਹੋਵੇ ਝੋਨਾ ਵਿਗੜਾ ਤੇ ਭਾਈ ਬਾਦਰ ਖੋਲ ਦਿਓ 1300 ਦੀ ਕਣਕ 1400 ਦੀ ਕਣਕ 1700 ਦੀ ਉਥੇ 3000 ਦੀ ਵਿਕਦੀ ਹੈ 3200 ਦੀ ਬਾਸਮਤੀ 7000 ਨੂੰ ਵਿਕਦੀ ਹੈ 5 ਰੁਪਏ ਦਾ ਟਮਾਟਰ ਕਦੇ 30 ਰੁਪਏ ਟੁੱਟਿਆ ਨਹੀਂ ਤੇ 25 ਰੁਪਏ ਦਾ ਅਦਰਕ 150 ਤੋਂ ਟੁੱਟਿਆ ਨਹੀਂ ਖੋਲ ਦਿਓ ਨਾ ਮਜ਼ਦੂਰ ਹੋਵੇ ਕਿਸਾਨ ਹੋਵੇ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਮਾਡਲ ਬਾਬੇ ਨਾਨਕ ਦਾ ਆਸ਼ੀਰਵਾਦ ਹੈ ਤੇ ਜੇ ਬਾਬਾ ਨਾਨਕ ਆਸ਼ੀਰਵਾਦ ਦੇ ਕੇ 72 ਸਾਲ ਦੀ ਅਰਦਾਸ ਖੁਲਵਾ ਸਕਦਾ ਤੇ ਕਰਤਾਰਪੁਰ ਦਾ ਲੰਘਾ ਖੁਲਵਾ ਸਕਦਾ ਤੇ ਕੀ ਪੰਜਾਬ ਦੇ ਭਾਗ ਨਹੀਂ ਸਵਾਰ ਸਕਦਾ ਦੱਸੋ ਬੋਲੋ ਸਵਾਰ ਸਕਦਾ ਕਿ ਨਹੀਂ ਸਵਾਰ ਸਕਦਾ